सारी बम भूख लगी है बम ढग सही डेडे कुत्ते को भूख दे पा सही कोई ठग करो सही बम काई भूख लगी है खा के ना ठगा ना बखेरा इंसान बात तमी ठगा खाना है कारण है ठग ठग कर लेने असाज के नंबरदार ठगना जट नु ठग दे खाना है गजब बेइज्जती है मलिक साहब होर सुनाओ ठीक है बस टपदे पे मैं मलिक और सलाम दुआ की होर सुना एक लगते सोना मैं शक्लो चोर लगता है मैं तो तू ही शक्लो चोर लगना मैं तेरी शक्लो चोर पे लगना आहो चोर लगदा मैं एक रात की गल खोती दिया रात की गल शक्लो की चोर आई तन का खास बात तमी ओ कौन ओए बिरा है अल्लाह दी कूड़े ओ तेरा बिरा नहीं हो सकता तोड़ी दूध से कभी मिल सकती ये तेरा बिरा है अजय काम कर किधर बन जाओ आज आज जी वली में तो जाऊंगा से तो एक बंदे की जरूरत आई है कोई काम जान दे हो ओ मैं सब काम सारा जानने हैं मेरे दादे यो काम की था मेरे परदादे यो काम की था और मेरी सूरी नस्ल काम यो करना है मुसलमानों तब जो है ये तो बच्चों समझ आई मैं कड़ी गल की थी मेरे दादे यो काम कीता मेरे परदादे दाम काम यो कीचा हुन मेरी पूरी नसणियो काम करना आयोजमा करना कितने घंटे वास्ते पूरी दिहाड़ वास्ते मैंने पूरी जिंदगी वास्ते रख ला मैं तैयार हूं तू आज जल दिहाड़ी काम करना अच्छा जी बेने है जी हां जी कि मैं तू काम करे ना हां बात असा वलीमत हो के आलम है ना कहना बड़ी ना यार एक काम करे सी एक काम करे सी मेरा दसो तू जे मोटी छोटी तो लाया मी भूख लगी तू वगा गल कर अपनी जेड़ी करनी है ओ मैं तन गल्ला करन बोलना इथे आया हां गल्ला करना ओए बिच नहीं बोलना मलिक साहब तोड़ी मेरी गल है तोड़ी मेरी गल है ओए पावड़ा चाले दे कुल चक्करा काम लाक नहीं आंदा ओए निकू जवानी दे रिया एदे नाल मान पावड़ा चाते विन खा में कीड़े काम करे ना और जी चाह पानी तो कोई तोड़ पर पूछन स्टन कोई मेहमान आवे ता चाह पानी असा बाद में पिवेने पहले काम चेक करे ने अच्छा अच्छा हां तू ही देख के ला आ क्यों परेशान है जी ए शकलू इनी आ गए ए तेरा भरा है जी हां भरा है कितने भरा है अंडा त्रा है अच्छा ए चार गले ए चार गले अच्छा तोरे दुन कितना फर्क है जमणे च जी 10 मिनट है मैं तो वड्डा ओहो 10 मिनट जी हां शकलू तो 5 मिनट लगदा पिया शकल पता है कि मैं काम चेक करा काम चेक करा सही मलिक साहब पता है तोरी शकल किनी आज मैं लगदी पई है ਕਿਵੇਂ ਲੱਗਦੀ ਪਈ ਅੱਲਾ ਦੀ ਕਸਮ ਇਨਸਾਨ ਰਹੀ ਕੋ ਅਸਲਾਮ ਅਲੈਕੁਮ ਭਾਈ ਜਾਨ ਵਾਲੇਕੁਮ ਸਲਾਮ ਤੇਰਾ ਮੂੰਹ ਚ ਮਾਨ ਤੇਰਾ ਨੱਕ ਕਿਵੇਂ ਦੀ ਵਿੱਚ ਚੁੰਡੇ ਮਲਣਾ ਪਈ ਕੰਮੀਓ ਤਾਂ ਸਾਨ ਗੱਲਾਂ ਕਰੇ ਮੈਂ
ਓਏ ਆਫਟਰ ਆਲ ਮੈਂ ਮਲਕ ਸਾਹਿਬ ਮੈਂ ਤੁਹਾਡਾ ਕੰਮ ਨਹੀਂ ਕਰ ਸਕਦਾ ਮੈਂ ਵਹਿੰਦਾ ਪਿਆ ਮੈਂ ਵਹਿੰਦਾ ਪਿਆ ਮਾਜ਼ਰਤ ਮਾਜ਼ਰਤ ਮੈਂ ਵਹਿੰਦਾ ਪਿਆ ਬਸ ਓਏ ਨਿਕਾ ਮੈਂ ਵਹਿੰਦਾ ਪਿਆ ਜਦੋਂ ਬਾਲ ਬਾਲ ਓ ਬਾਲ ਮੈਂ ਵਹਿੰਦਾ ਪਿਆ ਮੈਂ ਕੋਈ ਨਹੀਂ ਮੈਂ ਕੰਮ ਕੋਈ ਨਹੀਂ ਕਰਨਾ ਬਸ ਮੈਂ ਕੋਈ ਨਹੀਂ ਕਰਨਾ ਤੂੰ ਕਰਨਾ ਕੋਈ ਨਹੀਂ ਓਏ ਮੈਂ ਕੋਈ ਨਾ ਕੋਈ ਬਸ ਤੂੰ ਕਰਨਾ ਮੈਂ ਇਹਨੂੰ ਕੋਈ ਨਹੀਂ ਬਣ ਜਾਣ ਦੇਣਾ ਮੈਂ ਬਣ ਜਾਣਾ ਕੰਮ ਵੀ ਖਾ ਕਿਵੇਂ ਕਰੀਂਦਾ ਕੰਮ ਮੈਂ ਹੁਣ ਕੰਮ ਕਰਕੇ ਵੀ ਖਾ ਓਏ ਮਲਕ ਸਾਹਿਬ ਆਜੋ 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 ਸ਼ਾਬਾਸ਼ ਸ਼ਾਬਾਸ਼ ਉਰਾ ਉਰਾ ਗੱਲ ਸੁਣ ਅੰਨੀ ਕਾ ਮੁੰਡਾ ਸਹੀ ਮੇਲ ਔਰ ਜੀ ਔਰ ਠੀਕ ਹੈ ਸਫਾਈ ਕਰਿੰਦਾ ਹਾਂ ਮੈਂ ਤੁਹਾਨੂੰ ਸਮਝਾਇਆ ਤੇ ਮੈਂ ਵਹਿਣਾ ਕਿਹਦੇ ਵਹਿਣਾ ਮੈਂ ਵਲੀਮੇ ਤੇ ਜਾਣਾ ਤੁਹਾਨੂੰ ਦੱਸਿਆ ਨਹੀਂ ਅੱਛਾ ਚੱਲ ਬਾਈ ਜਾਨ ਲੈ ਹਸਾਈ ਲਿਆ ਕਰ ਮੋਈ ਕੁੱਤਰੀ ਪੀਉਂਦਾ ਹਰ ਵੇਲੇ ਹਾਂ ਇਹਦੀ ਸ਼ਕਲ ਨਹੀਂ ਆ ਕੇ ਠੀਕ ਹੈ ਅੱਛਾ ਹਾਂ ਇਹ ਖੇੜੀ ਕਿਤੇ ਦੀ ਲਈਏ ਜੋ ਇਹ ਖੇੜੀ ਜੀ 10,000 ਦੀ ਲਈਏ ਕਿੱਥੋਂ ਲਈਏ ਇਹ ਪਿਸ਼ਾਵਰ ਚੋਂ ਅੱਛਾ ਜੀ ਆ ਤੇਰਾ ਸੱਕਾ ਵੀ ਰਾ ਆਓ ਸੱਕਾ ਵੀ ਰਾ ਅੱਛਾ ਠੀਕ ਹੈ ਹਾਂ ਮਲਕ ਸਾਹਿਬ ਗੱਲ ਦੱਸੋ ਤੁਹਾਡੇ ਕੋਈ ਮਹਿਮਾਨ ਆਵੇ ਚਾਹ ਪਾਣੀ ਪੁੱਛਿੰਦਾ ਹੈ ਚਾਹ 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 ਤੱਕ ਪੁੱਛ ਓਏ ਚਾਹ ਆਖੀ ਆਈ ਬੜਵਾ ਲਿਆ ਉਹ ਅੱਛਾ ਇਹ ਤੇਰਾ ਸੱਕਾ ਵੀ ਰਾ ਹੈ ਹਾਂ ਸੱਕਾ ਵੀ ਰਾ ਹੈ ਪਿਓ ਕੀ ਦਈਏ ਮਾਂ ਪਿਓ ਕੀ ਦਈਏ ਉਹ ਘਰ ਰਹਿਣ ਅੱਛਾ ਅੱਛਾ ਦੇਰਾ ਤੋ ਦੇਰੇ ਤੇ ਆ ਬੰਦੋ ਨਾ ਅੱਜ ਕੱਲ ਜੀ ਆ ਅੱਛਾ ਸ਼ੁਕਰੀਆ ਸ਼ੁਕਰੀਆ ਵੱਡੇ ਬਿਰਾਨ ਦੇ ਅੰਨੀ ਦੇ ਮਜ਼ਾਕ ਏ ਵੱਡੇ ਬਿਰਾਨ ਇੱਜ਼ਤ ਕਰੋ ਸ਼ਕਲ ਸੁਕੜਾ ਰੇ ਅੱਛਾ ਜੀ ਦੁੱਧ ਪੱਤੀ ਬਣਾਉਣ ਦੀ ਨੇ ਜੀ ਆ ਅੱਛਾ ਠੀਕ ਹੋਰ ਸੁਣਾ ਹੋਰ ਠੀਕ ਠਾਕ ਅੱਛਾ ਇਹ ਯਾਰ ਪਰੇਸ਼ਾਨ ਕਿਉਂ ਰਹਿੰਦਾ ਭਾਈ ਨਿੱਕੇ ਸ਼ਾਬਾਸ਼ ਇਹ ਪਰੇਸ਼ਾਨ ਕਿਉਂ ਰਹਿੰਦਾ ਹੈ ਆ ਜੀ ਸ਼ਕਲ ਇੰਨੀ ਆ ਅੱਛਾ ਹੋਰ ਸੁਣਾ ਹੋਰ ਠੀਕ ਠਾਕ ਕਿੱਲੇ ਬੈਠੇ ਨੇ ਮੋੜੋ ਅਲਨ ਸੋਫੇ ਵੰਨੇ ਤੇ ਚੱਲਦੇ ਆਂ ਅੱਛਾ ਇਹ ਕੱਪੜਾ ਰੱਖ ਲਈ ਬੜੀ ਮਜ਼ੇ ਦੀ ਚਾਹ ਆਈ ਅੱਛਾ ਆਪਣੀ ਮਜ਼ੇ ਦਾ ਦੁੱਧ ਹੈ ਅੱਛਾ ਹਾਂ ਕਿਤਨੀਆਂ ਇਹ ਨਹੀਂ ਤਰੋਕੜ ਚਾਹ ਯਾਰ ਮੈਂ ਦੇ ਬਾਕੀ ਕਿਲੋ ਸਾਰਾ ਦੁੱਧ ਦੇ ਸੀ ਆ ਦੇ ਮੇਰੇ ਬਾਲ ਭੁਖਤ ਭਰਦੇ ਪਏ ਆ ਜੀ ਸਾਂ ਜੀ ਸਾਂ ਟੈਨਸ਼ਨ ਠੀਕ ਹੈ ਅਸਾਂ ਚੱਲਦੇ ਆ ਯਾਰ ਮਿੱਠਾ ਤੁਝੇ ਘੱਟ ਰੱਖਿਆ ਕਰੋ ਮੈਂ ਸ਼ੂਗਰ ਦਾ ਮਰੀਜ਼ ਆ ਅਸਾਂ ਮਿੱਠਾ ਡੇਗ ਪੀਂਦੇ ਹੋਣੇ ਆ ਬੈਨ ਦੱਸਣਾ ਆਇਆ ਨਾ ਅੱਛਾ ਕੋਈ ਰੋਟੀ ਛੋਟੀ ਪਈ ਹੈ ਭੁੱਖ ਬੜੀ ਲੱਗੀ ਉਹ ਚਵਾਨੀ ਵਾਦਾ ਬਹੁਤ ਭੁੱਖ ਲੱਗੀ ਭੁੱਖ ਲੱਗੀ ਆਈ ਅੱਛਾ ਅੰਨੀ ਦੇ ਆਉਰਾ ਬੜ ਪਹਿਲਾ ਚਾਹ ਦੇ ਘੁੱਟ ਭਰ ਲਾਈ ਜਲਦੀ ਆ ਖੁਦ ਵੇਖੀ ਸ਼ਕਲ ਕਿਵੇਂ ਹੋਈ ਜਾਂਦੀ ਮੈਂ ਫੁੱਲ ਕਰੀ ਮੂੰਹ ਸੁਜਾਈ ਜਾਂ ਬਹੁ ਇੱਥੇ ਇੱਥੇ ਬਹੁ ਮੇਰਾ ਸਬਰ ਦਾ ਪੂ ਤੱਲੇ ਬਾ ਮਲੇ ਸਾਹਿਬ ਕਿੱਲੇ ਬਣ ਲਈ ਅਸਾਂ ਚੱਲਦੇ ਹਾਂ ਅੱਛਾ ਤੇ ਮਾਲ ਸ਼ਾਲ ਦਾ ਖਿਆਲ ਰੱਖਣਾ ਅੱਛਾ ਨਾਲ ਦੇਰ ਦਾ ਖਿਆਲ ਰੱਖਣਾ ਅੱਛਾ ਰੋਟੀ ਛੋਟੀ ਪਈ ਹੈ ਖਾਣੀ ਹੋਵੇ ਤਾਂ ਖਾ ਲਵਣੀ ਹੈ ਕਿਸ ਤਰ੍ਹਾਂ ਪਕਾਉਣੀ ਦੁਪਾਰੀ ਸਾਲਨ ਪੱਕੇ ਹੋਇਆ ਪਿਆ ਹੈ ਕਿਹੜਾ ਸਾਲਨ ਪੱਕ ਹੋਇਆ ਹੈ ਗੋਸ਼ਤ ਬੜਾ ਆਇਆ ਗੋਸ਼ਤ ਹੈ ਕੁੱਕੜੇ ਖਰਾਮ ਹੋ ਗਈ ਆਈ ਉਹ ਕੋ ਰੱਖੀ ਹੈ ਖਰਾਮ ਹੋਈ ਕੋ ਰੱਖੀ ਨੇ ਹਾਂ ਆ ਯਾਰ ਸਭ ਮੁਸਲਮਾਨ ਆਇਓ ਉਹ ਖੈਰ ਖੈਰ ਪੱਕ ਨਹੀਂ ਭਾਈ ਮੈਂ ਨਹੀਂ ਖਾਣਾ ਮੈਂ ਓਏ ਰੋਟੀ ਨਹੀਂ ਖਾਣੀ ਅੱਜ ਦੁਪਾਰੀ ਇਹ ਮਲਕ ਉਹ ਵੈਦੇ ਪਰ ਬਲੀਮੇ ਤੇ ਕੈ ਵੱਡਾ ਬਲੀਮਾ ਹੀ ਅੰਨੀ ਦੇ ਆ ਵੱਡੀ ਵੱਡੀ ਬੂਟੀਆਂ ਦੇਖ ਚੀ ਬੂਟੀਆਂ ਉਸੇ ਨੇ ਰੋਏ ਰੋ ਤੇ ਕਸੋ ਆਇਆ ਬੂਟੀਆਂ ਹੋ ਚਲ ਖਸਾਇਆ ਠੀਕ ਹੈ ਦੇਖ ਸਾਰੀਆਂ ਠੀਕ ਹੈ ਠੀਕ ਹੈ ਚਲੋ ਬਾਈ ਆਇਓ ਰਲੋ ਠੀਕ ਹੈ ਬਾਈ ਕਿਸ ਕੰਨ ਰਬੜੀਆਂ ਨਹੀਂ 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 ਆਪਣੇ ਨਾ ਬੱਤਾ ਦੀ ਮਾਂ ਦੀ ਮਾਂ ਤੂੰ ਇੱਥੇ ਕਾ ਬਾਈ ਦਫੋ ਚਲੋ ਬਾਈ ਤੂੰ ਇੱਥੇ ਪਿਛਵਾ ਦਵਾ ਮੈਂ ਬਾਈ ਤੇ ਮੇਰੀ ਗੱਲ ਸੁਣ ਹੁਣ ਜੀ ਉਸਤਾਦੀ ਦੇ ਲਿਆ ਜੀ ਆ ਠੀਕ ਹੋ ਗਿਆ ਹੁਣ ਮੇਰੀ ਇੱਕ ਗੱਲ ਸੁਣ ਜੀ ਉਸਤਾਦੀ ਤੂੰ ਆ ਮੇਰੇ ਜਲਦੀ ਆ ਹੁਣ ਮੇਰੀ ਇੱਕ ਗੱਲ ਸੁਣ ਜੀ ਉਸਤਾਦੀ ਸਮਝ ਆਂਦੀ ਪਈ ਤਨ ਗੱਲ ਦੀ ਮੇਰੀ ਜੀ ਉਸਤਾਦੀ ਮੇਰਾ ਵੀਰਾ ਹੋਰ ਸ਼ੋਰ ਲੈਣੇ ਆ ਨੂੰ ਬੰਦੇ ਹੀ ਬੈਠਣ ਅੱਗੋਂ ਚੰਗੇ ਅੱਛਾ ਤੇ ਸ਼ੋਰ ਲੈਣੇ ਆ ਆ ਕੋਈ ਸੁਣ ਵਾਟ ਬੈਠੇ ਤੇ ਨੋ ਕੋਈ ਪਤਾ ਨਹੀਂ ਬੈਠੇ ਕਿ ਆਉਣ ਰਾਹ ਕਿਨੇ ਕੇ ਇਹ ਕੋਈ ਬੈਠਾ ਤੇ ਨਾ ਲੈ ਲੈਣਾ ਇਸ ਪੁੱਛ ਲੈਣਾ ਜੱਟਾ ਕੋਲੋਂ ਬੈਠੇ ਤੇ ਨਹੀਂ ਮੰਜੀ ਤੇ ਆਇਓ ਓਏ ਜਵਾਨੀ ਮੇਰੀ ਗੱਲ ਸੁਣ ਜੀ ਉਸਤਾਦ ਜੀ ਓ ਲਮਰਦਾਰ ਤਾਂ ਵਗ ਗਿਆ ਹੁਣ ਜੀ ਆ ਕੀ ਸਲਾਹ ਆਉਂ ਕੀ ਕਰੀਏ ਕੋਈ ਖਾਣ ਪੀਣ ਬੰਦ ਬਸ ਕਰਨਾ ਕੋਈ ਪੇਟ ਦਾ ਤਾਂ ਕਰਨਾ ਨਾ ਜੀ ਆ ਉਸਤਾਦ ਜੀ ਖਾਣੀ ਤੇ ਉਸਤਾਦ ਜੀ ਜਿਹੜਾ ਵਲੀਮੇ ਤੇ ਗਏ ਆ ਮੈਂ ਹਾਂ ਉਸਤਾਦ ਜੀ ਨਾਂ ਦੀ ਕੀ ਜਾਣੀ ਸਾਡੇ ਕੋਲ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਵਾਲੇਕੁਮ ਸਲਾਮ ਤੁਸੀਂ ਮਲੋਗੋ ਜੀ ਜੀ ਜਨਾਬ ਭਾਈ ਜਾਨ ਕੋਈ ਕੰਮ ਹੈ ਸਾਡੇ ਨਾਲ ਹਾਂਜੀ ਕੰਮ ਹੈ ਬਹੁ ਬਹੁ ਕੋ ਚਾਹ ਪਾਣੀ ਵਾ ਮੇਰੇ ਆ ਨੇੜੇ ਆ ਮੇਰੇ ਨੇੜੇ ਆ ਜੀ ਉਸਤਾਦ ਜੀ ਇੱਥੇ ਆ
ਹੋਰ ਭਾਈ ਜਾਨ ਹੋਰ ਜੀ ਕੋਈ ਖਾਸ ਪੀ ਤੋ ਮਿਹਰਬਾਨੀ ਭਾਈ ਜਾਨ ਸਾਡਾ ਦੁੱਧ ਖਤਮ ਹੋਇਆ ਪਿਆ ਸਿੱਧੀ ਜੀ ਗੱਲ ਹੈ ਅੱਛਾ ਚਾਹ ਤਾਂ ਬਣਾ ਨਾ ਸਕਦੇ ਤੋ ਪੀ ਸੋ ਓਏ ਠੀਕ ਹੈ ਚਲੋ ਠੀਕ ਪੋਤਰੋ ਰਾ ਨਿਕੂ ਜੀ ਸਾਡੀ ਕੱਲੇ ਹੋ ਇਹਨਾਂ ਦੇ ਵਾਸਤੇ ਦੋ ਕੱਪ ਕਰ ਨਹੀਂ ਰਿਆ ਮਦਾ ਕੀ ਹੋਰ ਸੁਣਾਓ ਸ਼ੁਕਰ ਅੱਲਾ ਦਾ ਠੀਕ ਠਾਕ ਅੱਜ ਕੱਲ ਕੀ ਕੰਮ ਕਿਵੇਂ ਰੇਟ ਚੱਲਦਾ ਪਿਆ ਪਹਾੜੂ ਦਾ ਬਸ ਜਿਹੜਾ ਕੋਈ ਵੱਲ ਉਹਦਾ ਸਹੀ ਚੱਲਦਾ ਹੈ ਤੂੰ ਦੱਸ ਕੀ ਰੇਟ ਚੱਲਦਾ ਪਿਆ ਤਾਂ ਮੈਨੂੰ ਛਕਲੂ 4 ਰੁਪਏ ਲੱਗਦਾ ਚੰਗਾ ਚੰਗਾ ਚੱਲਦਾ ਪਿਆ ਅੱਛਾ ਹਾਂ ਠੀਕ ਹੋ ਗਿਆ ਠੀਕ ਹੋ ਫੇਰ ਕੋਈ ਵਿਕਾਉ ਵੀ ਬੜੇ ਖਲੋ ਸਾਰੇ ਵਿਕਾਉ ਹਨ ਅੱਛਾ ਜੀ ਹਾਂ ਮੈਂ ਤਾਂ ਛਕਲੂ ਮਰਦਾਨ ਲੱਗਦਾ ਪਿਆ ਨਹੀਂ ਮੈਂ ਤਾਂ ਕੋਈ ਛੁੜੇਲ ਲੱਗਦੇ ਪਿਆ ਅੱਛਾ ਠੀਕ ਹੈ ਮੈਂ ਤੂੰ ਹੀ ਮੈਨੂੰ ਕੁਝ ਹੋਰ ਲੱਗਦਾ ਪਿਆ ਹੋਰ ਸੁਣਾ ਸ਼ੁਕਰ ਅੱਲਾ ਦਾ ਪਿਓ ਦਾ ਕੀ ਹਾਲ ਹੈ ਅੱਲਾ ਦਾ ਸ਼ੁਕਰ ਇਹ ਪਿਓ ਤੇ ਮੈਂ ਰਲ ਤੇ ਖੇਡੇ ਆਏ ਅੱਛਾ ਪਤਾ ਹੈ ਅੱਛਾ ਹੋਰ ਸੁਣਾ ਗੰਨਾ ਖਾਸੀ ਹੈ ਮਿਹਰਬਾਨੀ ਇਕ ਕੋਈ ਵਿਖਾਵਾ ਸਾਂ ਡੋਸ਼ ਹੋਰ ਚਾਹ ਪੀ ਲਾ ਕਵਾ ਪੀ ਲਾ ਬੰਨਿਆ ਬੜਾ ਛੋੜ ਪਰ ਕਗਨ ਵਾਤ ਪਿਸਾ ਵਾਤ ਤਾ ਕੇ ਪਹਿਲੇ ਡੋਰ ਵੇਖ ਪਹਿਲੇ ਮੁਕਾ ਲਵਾ ਚੱਲ ਮੇਰਾ ਪੁੱਤ ਜਵਾਨੀ ਓਏ ਇਹਨ ਰੱਖ ਚਾ ਜਵਾਨੀ ਇਹਨ ਰੱਖਤੇ ਹੋ ਰਾ ਇੰਨਾ ਕਾਸ਼ ਨਹੀਂ ਪੀਉਣੀ ਹੋਰ ਆ ਗੱਲ ਸੁਣ ਹਾਂਜੀ ਗੱਲ ਤਾਂ ਸੁਣ ਜੀ ਜੀ ਹੋਰ ਸੁਣਾ ਟੋਪੀ ਤੇ ਛੁੱਟ ਗਈ ਇਹ ਬਸ ਇੱਥੇ ਹੀ ਲੱਗੀ ਸਿਰ ਤੂੰ ਲਾਵੀ ਹਾਂਜੀ ਗੱਲ ਚੱਕ ਇਹੀ ਠੀਕੜਾ ਹੋਰ ਸੁਣਾ ਹੋਰ ਠੀਕ ਠਾਕ ਠੀਕ ਹੈ ਸ਼ੁਕਰ ਹੈ ਪਿਓ ਦਾ ਕੋਈ ਪਿਓ ਤੋਂ ਪਿਓ ਦਾ ਕੋਈ ਹੋਰ ਵਿਆਹ ਹੋ ਜੀ ਹੈ ਨਾ ਅੱਛਾ ਉਹ ਕੰਮ ਕਿਹੜੇ ਕਰਿੰਦੇ ਨੇ ਇਹ ਮੇਰੇ ਭਾਈ ਹੈ ਅੱਛਾ ਭਾਈ ਮਾਸ਼ਾਅੱਲਾ ਇਹ ਢੋਰ ਸਾ ਵੇਚਣਾ ਹੈ ਲੈ ਅੱਛਾ ਇਹ ਵੇ ਦਪੀਆਂ ਹੈ ਖਲੋ ਇਹ ਵੇਖ ਲਓ ਪਪਾਰੀ ਸਾਹਿਬ ਇਹ ਵੇ ਦਕਾ ਜੀ ਵੇਖ ਲਓ ਰੇਟ ਸਹੀ ਲਾਉਣਾ ਹੈ ਖੋਤੀ ਦੇ ਤੂੰ ਕਿਵੇਂ ਮਨ ਵੱਜ ਫੁੜਾ ਦੇ ਰਾਂ ਵਪਾਰੀਏ ਵਨ ਹਾਂ ਵੇਖੋ ਚੰਗੜਾ ਮੇਰਾ ਵੀਰਾ ਚੰਗੜਾ ਹੈ ਪਸੰਦ ਆਇਆ ਹੈ ਜੀ ਜੀ ਬਿਲਕੁਲ ਹਾਂ ਕੀ ਮਤ ਹੈ ਮੇਰਾ ਵੀਰਾ ਮੈਂ ਅੱਗੇ ਮੈਂ ਦਰਾ ਯਾਰ ਮੈਂ ਉਹਨਾਂ ਨੂੰ ਲਾਇਆ 2.5 ਲੱਖ ਰੁਪਇਆ ਅੱਛਾ ਜੀ ਹਾਂ ਇਹ ਮੇਰੀ ਕੋਈ ਦੇਸੀ ਗਾਂ ਹੈ ਉਹਦੇ ਚ ਬੱਚਾ ਜੰਮਿਆ ਹੋਇਆ ਜੀ ਅੱਛਾ ਮੈਂ ਲਾਇਆ 2.5 ਲੱਖ ਉਹ ਦਿਨ 2 ਲੱਖ ਮੈਂ ਕਿ ਭਾਈ ਜਾਨ ਮੈਂ 2.5 ਲੱਖ ਉਹਨਾਂ ਕੇ 2 ਮੈਂ ਕਿ ਨਹੀਂ ਅੱਛਾ ਤੁਸਾਂ ਕਹਿ ਦੇ ਮੈਂ ਚਲੋ ਹੁਣ ਤੇ ਛੋਟਾ ਬਿਮਾਰ ਹੈ ਅੱਛਾ ਇਹਦੇ ਇਲਾਜ ਬਹੁ ਕੀਤੇ ਨੇ ਪਰ ਠੀਕ ਹੋਣ ਦੇ ਕਾਬਿਲ ਹੁਣ ਨਹੀਂ ਹੋਇਆ ਕਿਉਂ ਹਾਂ ਬਸ ਕੋਈ ਖਰਾਬੀ ਦੇ ਅੰਦਰ ਹੈ ਤੇ ਮੈਂ ਹੁਣ ਆ ਤਾਂ 2 ਲੱਖ ਰੁਪਏ ਦੇ ਤੇ ਸਾਈਆਂ ਦੇ ਮਾਲ ਨੂੰ ਲੈ ਤੇ ਕੇਸ ਲਾ ਉਹ ਬੜਾ ਲੈਣ ਪਰਗਾ ਇਹ 1.5 ਲੱਖ ਰੁਪਏ ਭਾਈ ਮੈਂ 1.5 ਲੱਖ ਤੂੰ ਕੰਮ ਨਹੀਂ ਆਉਣਾ 1 ਲੱਖ ਵੀ ਆਦਾ ਮੈਂ ਆਖੇ ਮੈਂ 1.5 ਲੱਖ ਕੰਮ ਨਹੀਂ ਆਉਣਾ 1 ਲੱਖ ਵੀ ਯਾਰ ਮੈਂ ਪੰਡਿਤ ਨਹੀਂ ਆਉਣਾ ਅਸਾਂ 1 ਲੱਖ ਤੇ 23 ਹਜ਼ਾਰ ਦੇਣਾ ਮੈਂ ਨਾ 20 ਤੇ ਨਾ ਅਸਾਂ 23 ਦੇਣਾ ਅੱਛਾ ਠੀਕ ਹੈ ਭਾਈ ਤੁਸੀਂ ਕਿਤਨਾ ਮੈਂ 1 ਲੱਖ ਤੇ 30 ਹਜ਼ਾਰ ਚਲ ਯਾਰ ਠੀਕ ਹੈ ਹੈ ਠੀਕ ਹੈ ਪੈਸੇ ਆਪਣੇ ਬਾਰਕਾਂ ਕਾਰੋਬਾਰ ਇਹ ਦਾਨ ਤੁਹਾਡਾ ਠੀਕ ਹੈ ਨਾ ਤੱਕ ਕਰਾਉ ਹਾਏ ਮਲਕਾ ਮੇਰੀ ਵਜੀ ਕੋ ਲੈ ਨਾ ਜਾਮਣਾ ਅੱਗਾ ਠੀਕ ਹੈ ਐ ਮਾ ਟੜੀ ਛੋੜ ਪੈਸੇ ਕਢਾ ਲੈ ਇੱਕ ਮਿੰਟ ਭਾਈ ਮੈਂ ਤੁਹਾਨੂੰ ਕਿਹੜਾ ਲਾ हां भाई पैसे पूरे गिना भाई ये भाई पैसे पूरे है गिनो मैं एको गिना मैं गिना अन्नी दिया मैं पड़े कोई ना अन्नी दिया है गिनो देखो दो आ तीन दे दो मैं गिना दे दूं ये दे ओकला ओकला ਉਹ ਭਾਈ ਕਿਤਨੇ ਢੇਰ ਲਾਏ ਸੋ ਭਾਈ ਜਾਨ ਪੈਸੇ ਪੂਰੇ ਹਾਂ ਤੇ ਛੋੜੋ ਠੀਕ ਹੈ ਮਾਲ ਹੀ ਤੁਹਾਡਾ ਇਹ ਖੈਰ ਦਾ ਵਿਰਾਈ ਨਹੀਂ ਮੇਰਾ ਸ਼ਗਿਰਦ ਹੈ ਕਿਉਂ ਮਾਸ਼ਾਅੱਲਾ ਕਿਤਨੇ ਜਾਵੇ ਜੀ ਛੋੜ ਲੈ ਜਾਵੇ ਛੋਟੇ ਮੇਰਾ ਪੁੱਤ ਠੀਕ ਹੈ ਭਾਈ ਠੀਕ ਮਿਹਰਬਾਨੀ ਸ਼ੁਕਰੀਆ ਠੀਕ ਹੈ ਨਾ ਪਿਆ ਕਰ ਕਰੀ ਨਾਤਾ ਹੀ ਕਰ ਤੂੰ ਹੀ ਪੜੀ ਨਹੀਂ ਵੱਲੀ ਵੱਲੀ ਨਹੀਂ ਛੋੜ ਤੇ ਲੀਰ ਵੱਲੀ ਨਹੀਂ ਤੋ ਇਹ ਵੀ ਗਿਆ ਨਾ ਤੀ ਜ਼ਿਆਦਾ ਨਹੀਂ ਗੱਟ ਇਹ ਨੋ ਮੀ ਕਮੋਲ ਰਹੀ ਤਰਮਾ ਇਹ ਤਾਂ ਇਹ ਤੁਹਾਡਾ ਸ਼ੁਕਰ ਕਰੇ ਸੀ ਪੁੱਛ ਦਿਆ ਇਹਨਾਂ ਦੇ ਕੋਲੋਂ ਕੌਣ ਹੋ ਭਾਈ ਕੱਟਾ ਲਿਆ ਜਵਾਨੀ ਤੇ ਭਾਈ ਨਾਲ ਆਈ ਆਦਤ 1.5 ਲੱਖ ਆਈ ਅਸੀਂ 1 ਲੱਖ ਤੇ 30 ਹਜ਼ਾਰ ਦਿੱਤਾ ਉਹ ਤਾਂ ਸਾਡਾ ਰੋਕ ਹੈ ਆਪਾਂ ਨੂੰ ਉੱਲੂ ਬਣਾਇਆ ਨਹੀਂ ਨਹੀਂ ਭਾਈ ਜੀ ਸਭ ਸਮਝ ਗਿਆ ਕੋਈ ਮੁਲਕ ਸਾਹਿਬ ਆ ਤੁਹਾਨੂੰ ਜਾ ਇਹ ਤਾਂ ਸਾਡਾ ਹੈ ਨਾ ਭਾਈ ਤੁਹਾਡੇ ਕੀ ਇਹ ਸਾਡਾ ਹੈ ਛੋੜ ਸਾਡਾ ਛੋੜ ਇਹ ਕੱਟਾ ਸਾਡਾ ਹੈ ਛੋੜ ਛੋੜ ਗੁੱਡ ਬਾਏ
गया खत्म।